ਨਮਸਕਾਰ ਸਤ ਸ੍ਰੀ ਅਕਾਲ ਦੇ ਆਰ ਨਾਈਟ ਨਿਊਜ਼ ਦੇ ਜਾਗੋ ਪੰਜਾਬ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਨੂੰ ਦੇਖ ਰਹੇ ਨੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਆਂ ਮਹਾਨ ਕਵੀ ਤੇ ਰਚయిత ਭਾਈ ਕਾਨ ਸਿੰਘ ਜੀ ਨਾਬਾ ਦਾ ਨਾਮ ਹਰ ਕੋਈ ਜਾਣਦਾ ਹੈ ਇਸ 'ਚ ਕੋਈ ਸ਼ੱਕ ਨਹੀਂ ਕਿ ਸਿੱਖ ਗੁਰੂਆਂ ਦੇ ਵੇਲੇ ਜੋ ਸਥਾਨ ਅਤੇ ਪ੍ਰਸਿੱਧੀ ਭਾਈ ਗੁਰਦਾਸ ਜੀ ਨੂੰ ਮਿਲੀ ਹੋਈ ਸੀ ਉਹ ਸਥਾਨ ਅਤੇ ਪ੍ਰਸਿੱਧੀ ਭਾਈ ਕਾਨ ਸਿੰਘ ਜੀ ਨਾਬਾ ਨੂੰ ਵੀ ਹਾਸਲ ਸੀ ਭਾਈ ਸਾਹਿਬ ਨੂੰ ਮਹਾਨ ਕੋਸ਼ਤੀ ਰਚਨਾ ਦੇ ਕਾਰਨ ਤਾਂ ਜਾਣਿਆ ਹੀ ਜਾਂਦਾ ਹੈ ਉਹਨਾਂ ਨੇ ਹੋਰ ਵੀ ਕਈ ਅਜਿਹੇ ਕਾਰਜ ਕੀਤੇ ਨੇ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾਣਾ ਉਹਨਾਂ ਵੱਲੋਂ ਕੀਤੇ ਗਏ ਕਾਰਜ ਐਨੇ ਜ਼ਿਆਦਾ ਨੇ ਅਤੇ ਐਨੇ ਵੱਡੇ ਨੇ ਕਿ ਸਾਡੇ ਕੋਲ ਨਾ ਤਾਂ ਐਨਾ ਸਮਾਂ ਹੀ ਹੈ ਕਿ ਅਸੀਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਸਕੀਏ ਅਤੇ ਨਾ ਹੀ ਸਾਡੇ ਕੋਲ ਉਹਨਾਂ ਦੀ ਉਪਮਾ ਲਈ ਐਨੇ ਸ਼ਬਦ ਨੇ ਪਰ ਅਸੀਂ ਉਹਨਾਂ ਬਾਰੇ ਕੁਝ ਅਜਿਹੀਆਂ ਗੱਲਾਂ ਕਰਾਂਗੇ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਲਈ ਅਸੀਂ ਅੱਜ ਉਹਨਾਂ ਦੇ ਪੜਪੋਤਰੇ ਮੇਜਰ ਏਪੀ ਸਿੰਘ ਜੀ ਨੂੰ ਸਟੂਡੀਓਜ਼ ਬੁਲਾਇਆ ਭਾਈ ਸਾਹਿਬ ਨਾਲ ਸੰਬੰਧਤ ਕੁਝ ਪਰਵਾਰਕ ਅਤੇ ਕੁਝ ਕੌਮੀ ਜਜ਼ਬੇ ਦੀਆਂ ਗੱਲਾਂ ਅਸੀਂ ਮੇਜਰ ਏਪੀ ਸਿੰਘ ਜੀ ਨਾਲ ਕਰਾਂਗੇ ਮੇਜਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਉਹ ਉਹਨਾਂ ਗੱਲਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਭਾਈ ਕਾਂਤ ਸਿੰਘ ਜੀ ਨਾਭਾ ਨੂੰ ਮਹਾਨ ਬਣਾਉਂਦੀਆਂ ਨੇ ਪਰਿਵਾਰਕ ਜਿਹੜੇ ਤੁਹਾਡੇ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਪਰਿਵਾਰਕ ਰਿਸ਼ਤੇ ਆ ਦੇ ਆਧਾਰ ਤੇ ਤੁਸੀਂ ਸਾਨੂੰ ਦੱਸੋ ਕਿ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਮਹਾਨ ਵਿਅਕਤੀਆਂ ਦੀ ਕਤਾਰ 'ਚ ਭਾਈ ਕਾਂਤ ਸਿੰਘ ਜੀ ਨਾਭਾ ਨੂੰ ਖੜਾ ਕਰਦੀਆਂ ਨੇ ਅਹ ਦੇਖੋ ਸਤ ਜੀ ਕਿ ਪਹਿਲਾਂ ਤਾਂ ਮੈਂ ਸ਼ੁਰੂਆਤ ਕਰੂੰਗਾ ਭਾਈ ਸਾਹਿਬ ਬਾਰੇ ਕੁਝ ਦੱਸਣ ਦਾ ਫੈਸਾ ਦਾ ਜਨਮ 30 ਅਗਸਤ 1881 ਨੂੰ ਹੋਇਆ ਔਰ ਉਹਨਾਂ ਦੀ ਡੈਥ 23 ਨਵੰਬਰ 1938 ਨੂੰ ਹੋਈ ਤਕਰੀਬਨ 76 ਸਾਲ ਦੀ ਉਮਰ ਵਿੱਚ ਉਹਨਾਂ ਨੇ ਜੋ ਖੁਸ਼ ਕੰਮ ਕੀਤਾ ਸੋ ਆਪਣੇ ਸਾਹਮਣੇ ਹੈ ਉਹਨਾਂ ਦੇ ਜਿਹੜੇ ਪਿਤਾ ਸੀ ਭਾਈ ਨਰੈਣ ਸਿੰਘ ਜੀ ਉਹ ਬੜੇ ਧਾਰਮਿਕ ਇਨਸਾਨ ਸਨ ਤੇ ਉਸੇ ਵਜ੍ਹਾ ਕਰਕੇ ਭਾਈ ਸਾਹਿਬ ਨੂੰ ਸਿੱਖਿਆ ਉਹਨਾਂ ਨੇ ਦਿੱਤੀ ਔਰ ਉਹਨਾਂ ਨੂੰ ਦਿਲਚਸਪ ਵੀ ਹੋ ਗਈ ਕਿ ਮੈਂ ਇੱਕ ਸਕਾਲਰ ਬਣਾ ਤਾਂ ਮੈਂ ਪੜ੍ਹਾਈ ਲਿਖਾਈ 'ਚ ਆਪਣਾ ਧਿਆਨ ਦੇਵਾਂ ਤਾਂ ਪਹਿਲੀ ਗੱਲ ਤੇ ਇਹ ਹੈ ਕਿ ਭਾਈ ਸਾਹਿਬ ਨੇ ਐਜੂਕੇਸ਼ਨ ਕਿਸੇ ਸਕੂਲ 'ਚ ਨਹੀਂ ਲਈ ਕਿਸੇ ਕਾਲਜ 'ਚ ਨਹੀਂ ਗਏ ਕਿਸੇ ਯੂਨੀਵਰਸਿਟੀ 'ਚ ਨਹੀਂ ਗਏ ਸਾਰਾ ਕੁਝ ਜੋ ਉਹ ਸਿੱਖਿਆ ਉਹਨਾਂ ਨੇ ਉਹ ਪੰਡਤਾਂ ਤੋਂ ਉਹ ਮੌਲਵੀਆਂ ਤੋਂ ਆਪਣੇ ਪਿਤਾ ਜੀ ਤੋਂ ਧਰਮ ਬਾਰੇ ਰਿਲੀਜੀਅਨ ਬਾਰੇ ਸੋ ਇਸ ਤਰ੍ਹਾਂ ਦੇ ਅਛਾ ਸੰਗੀਤ ਦਾ ਉਹਨਾਂ ਨੂੰ ਬੜਾ ਸ਼ੌਕ ਸੀ ਤੇ ਉਹ ਇਹਨੇ ਇੱਕ ਮਹੰਤ ਗੱਜਾ ਸਿੰਘ ਹੁੰਦੇ ਸੀਗੇ ਜਿਹੜੇ ਬੜੇ ਮਹਾਰਸੀ ਸੰਗੀਤ ਦੇ ਸੰਗੀਤ ਸਾਰਾ ਇਹਨਾਂ ਨੇ ਉਹਨਾਂ ਤੋਂ ਸਿੱਖਿਆ ਸੋ ਮਤਲਬ ਸਾਰਾ ਕੁਝ ਉਹਨਾਂ ਨੇ ਇਸ ਤਰੀਕੇ ਨਾਲ ਵਿਦਿਆ ਪਾਈ ਨਾ ਕਿ ਕਿਸੇ ਸਕੂਲ ਕਾਲਜ ਚ ਹਾਂਜੀ ਬਿਲਕੁਲ ਤੇ ਉਹਨਾਂ ਦਾ ਜਿਹੜੇ ਸ਼ੌਕ ਸੀ ਕਿਤਾਬਾਂ ਦਾ ਆਪਾਂ ਅੱਗੇ ਵੀ ਆਵਾਂਗੇ ਉਹਨਾਂ ਨੇ ਤਕਰੀਬਨ 30 ਕਿਤਾਬਾਂ ਲਿਖੀਆਂ ਤੇ ਡਿਫਰੈਂਟ ਲੈਂਗੁਏਜਸ ਵਿੱਚ ਉਹਨਾਂ ਨੇ ਸਾਰਾ ਕੁਝ ਸਿੱਖਿਆ ਜਦੋਂ ਫਾਰਸੀ ਸਿੱਖਣ ਦਾ ਸਮਾਂ ਆਇਆ ਤਾਂ ਜਿਹੜੇ ਰਿਸ਼ਤੇਦਾਰ ਸੀ ਲੋਕ ਸੀ ਉਹਨਾਂ ਨੇ ਕਿਹਾ ਵੀ ਇਹ ਸਿੱਖਦਾ ਕੋਈ ਕੰਮ ਨਹੀਂ ਵੀ ਫਾਰਸੀ ਸਿੱਖਣ ਹੂੰ ਹੂੰ ਤੋਂ ਭਾਈ ਸਾਹਿਬ ਦੇ ਪਿਤਾ ਤਾਂ ਇਸ ਤੇ ਚੁੱਪ ਰਹੇ ਹੂੰ ਪਰ ਪ੍ਰੈਸ਼ਰ ਇਹਨਾਂ ਸੀ ਕਿ ਜੋ ਭਾਈ ਸਾਹਿਬ ਨੇ ਦੇਖਿਆ ਵੀ ਇਹ ਤਾਂ ਹੁਣ ਮੇਰੀ ਗੱਲ ਬਣਨੀ ਨਹੀਂ ਉਹ ਘਰੋਂ ਭੱਜ ਗਏ ਹੂੰ ਹੂੰ ਪਹਿਲਾਂ ਦਿੱਲੀ ਗਏ ਦਿੱਲੀ ਜਾ ਕੇ ਫਾਰਸੀ ਸਿੱਖੀ ਕੁਝ ਸਮਾਂ ਉੱਥੇ ਰਹਿ ਕੇ ਫਿਰ ਉਹ ਲਖਨਊ ਚਲੇ ਗਏ ਕਿਉਂਕਿ ਲਖਨਊ ਹੈ ਜਿਹੜਾ ਉਹ ਫਾਰਸੀ ਵਗੈਰਾ ਵਾਸਤੇ ਇੱਕ ਫਾਰਸੀ ਦੇ ਸੰਸਕ੍ਰਿਤ ਦਾ ਇੱਕ ਕੇਂਦਰ ਸੀ ਕੇਂਦਰ ਸੀ ਉੱਥੇ ਜਾ ਕੇ ਉਹਨਾਂ ਨੇ ਮੌਲਵੀਆਂ ਤੋਂ ਫਾਰਸੀ ਸਿੱਖੀ ਔਰ ਉਹਦੇ ਬਦਲੇ ਉਹਨਾਂ ਨੇ ਉਨ੍ਹਾਂ ਦੀ ਸੇਵਾ ਕੀਤੀ ਉਨ੍ਹਾਂ ਦੇ ਡੰਗਰਾਂ ਨੂੰ ਪਾਲਿਆ ਮਹਿਸਾ گاਵਾਂ ਨੂੰ ਕਾ ਕਟ ਕੇ ਲਿਆਉਣਾ ਉਹਨਾਂ ਨੂੰ ਪਾਉਣਾ ਤਾਂ ਕਿ ਇਹ ਹੋਵੇ ਵੀ ਜੋ ਕੁਛ ਹੈ ਮੈਨੂੰ ਵਿੱਦਿਆ ਦੇ ਰਹੇ ਨੇ ਉਹਦਾ ਮੈਂ ਰਿਸਿਪਰਕੇਟ ਕਰ ਰਿਹਾ ਤਾਂ ਕਿ ਇਹ ਨਾ ਹੋ ਵੀ ਇੱਕ ਪਾਸਾ ਹੀ ਹੋਵੇ ਬਿਲਕੁਲ ਉਸ ਤੋਂ ਬਾਅਦ ਉੱਥੋਂ ਸਿੱਧੇ ਲਾਹੌਰ ਚਲੇ ਗਏ ਤੇ ਜਿਹੜੀ ਸਿੰਘ ਸਭਾ ਲਹਿਰ ਸੀ ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਇੱਕ ਚੀਜ਼ ਮੈਂ ਇਹਨਾਂ ਦੇ ਪਿਤਾ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਹਾਂਜੀ ਉਹ ਅਖੰਡ ਪਾਠ ਉਹਨਾਂ ਨੇ ਇੱਕੋ ਚੌਂਕੜੇ 'ਚ ਕੀਤਾ ਸੀ ਇਹ ਅਸੀਂ ਪੜਿਆ ਸੁਣਿਆ ਕਿਸੇ ਥਾਂ ਹਾਂਜੀ ਉਹ ਇਸ ਤਰ੍ਹਾਂ ਹੋਇਆ ਸੀ ਕਿ ਜੀ ਮਹਾਰਾਜ ਹੀਰਾ ਸਿੰਘ ਜੋ ਮਹਾਰਾਜ ਨਾ ਬਾ ਸੀਗੇ ਉਦੋਂ ਉਹਨਾਂ ਨੇ ਇਹਨਾਂ ਨੂੰ ਕਿਹਾ ਕਹਿੰਦੇ ਕੋਈ ਐਸਾ ਇਨਸਾਨ ਹੈ ਜਿਹੜਾ ਇੱਕ ਚੌਂਕੜੇ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੂਰਾ ਕਰਦੇ ਇਹ ਕਹਿੰਦੇ ਵੀ ਮਹਾਰਾਜ ਕੋਈ ਐਸਾ ਇਨਸਾਨ ਹੈ ਜਿਹੜਾ ਉਸ ਨੂੰ ਬੈਠ ਕੇ ਸੁਣ ਲੇ ਹੂੰ ਹੂੰ ਸੋ ਮਹਾਰਾਜ ਹੀਰਾ ਸਿੰਘ ਕਹਿੰਦੇ ਅਸੀਂ ਸੁਣਾਂਗੇ ਹੂੰ ਉਹ ਕਹਿੰਦੇ ਠੀਕ ਹੈ ਜੀ ਜੇ ਤੁਸੀਂ ਸੁਣੋਗੇ ਤਾਂ ਪਾਠ ਮੈਂ ਕਰੂੰਗਾ ਸੋ ਉਹਨਾਂ ਨੇ ਫਿਰ ਪਾਠ ਕੀਤਾ ਮਹਾਰਾਜ ਹੀਰਾ ਸਿੰਘ ਨੇ ਬੈਠ ਕੇ ਸੁਣਿਆ ਇੱਥੇ ਤੱਕ ਕਿ ਜਦੋਂ ਪਾਲਕੀ ਵਿੱਚ ਉਹਨਾਂ ਨੂੰ ਵਾਪਸ ਘਰ ਲੈ ਜਾ ਰਹੇ ਸੀ ਗੁਰਦੁਆਰਾ ਸਾਹਿਬ ਤੋਂ ਤਾਂ ਉਹਨਾਂ ਨੇ ਬਾਹਰ ਨਜ਼ਰ ਨਾਲ ਦੇਖਿਆ ਕਿ ਲੋਕ ਮੱਥਾ ਟੇਕ ਰਹੇ ਨੇ ਫਤਿਹ ਬੁਲਾ ਰਹੇ ਨੇ ਸੋ ਬੜੇ ਹੈਰਾਨ ਵੀ ਇਹ ਅੱਗੇ ਨਾ ਪਿੱਛੇ ਅੱਜ ਕੀ ਹੋ ਗਿਆ ਜਦ ਗਰਦਨ ਬਾਹਰ ਕੱਢ ਕੇ ਦੇਖਿਆ ਤਾਂ ਪਾਲਕੀ ਦਾ ਇੱਕ ਜਿਹੜਾ ਪਾਸਾ ਸੀਗਾ ਉਹ ਮਹਾਰਾਜ ਹੀਰਾ ਸਿੰਘ ਨੇ ਆਪਣਾ ਮੋਢਾ ਦਿੱਤਾ ਵੇ ਅਸੀਂ ਉਸ ਨੂੰ ਦੇਖੋ ਬਿਲਕੁਲ ਸੋ ਉਸ ਤੋਂ ਬਾਅਦ ਮਹਾਰਾਜ ਹੀਰਾ ਸਿੰਘ ਨੇ ਬਹੁਤ ਉਹਨਾਂ ਨੂੰ ਦੇਣਾ ਚਾਹਿਆ ਜਮੀਨਾਂ ਇਨਾਮ ਸਰਮਾਨ ਕਾਫੀ ਕਾਫੀ ਪਰ ਉਹ ਕਹਿੰਦੇ ਜੀ ਵੀ ਇਹ ਤਾਂ ਗੁਰੂ ਮਹਾਰਾਜ ਦੀ ਸੇਵਾ ਇਹਦਾ ਕੋਈ ਮੁੱਲ ਨਹੀਂ ਸੋ ਕੀ ਮੈਨੂੰ ਕੋਈ ਦੇਊਗਾ ਮੈਂ ਤਾਂ ਸੇਵਾ ਹੀ ਕੀਤੀ ਹੈ ਮਹਾਨ ਕੋਸ਼ਤੀ ਜਿਹੜੀ ਰਚਨਾ ਹੈਗੀ ਹੈ ਉਹ ਉਹਦੇ ਕਾਰਨ ਭਾਈ ਸਾਹਿਬ ਦਾ ਜਿਹੜਾ ਨਾਮ ਹੈ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਇਸ ਵੇਲੇ ਉਸ ਨੂੰ ਕੋਈ ਵਿਸਾਰ ਨਹੀਂ ਸਕਦਾ ਹੈਗਾ ਮਹਾਨ ਕੋਸ਼ਤੀ ਰਚਨਾ ਦੇ ਦੌਰਾਨ ਕੋਈ کافی ਮੈਨੂੰ ਲੱਗਦਾ ਦਿੱਕਤਾਂ ਵੀ ਆਈਆਂ ਉਹਨਾਂ ਨੂੰ ਛਪਵਾਉਣ ਲਈ کافی ਫਿਰ ਮੈਨੂੰ ਲੱਗਦਾ ਪਟਿਆਲਾ ਦਰਬਾਰ ਨੇ ਇਸ ਨੂੰ ਹਾਂ ਜੀ ਇਹ ਦਰਸ ਲੈਣ ਸੀ ਜੀ ਪਹਿਲਾਂ ਤਾਂ ਜਿਹੜਾ ਮਾਨਕੋਸ਼ ਹੈ ਉਹ ਇਹਨਾਂ ਨੇ ਲਿਖਣਾ ਸ਼ੁਰੂ ਕੀਤਾ ਇਹਨਾਂ ਨੂੰ ਆਈਡੀਆ ਆਇਆ ਵੀ ਜਿਵੇਂ ਐਨਸਾਈਕਲੋਪੀਡੀਆ ਬ੍ਰਿਟਨਿਕ ਹੈ ਵੀ ਉਸ ਹਰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਜੀ ਬਹੁਤ ਵੱਡੀ ਚੀਜ਼ ਹੈ ਪਰ ਵੀ ਉਹ ਲਾਈਨਸ ਤੇ ਕੋਈ ਇੱਕ ਕੋਸ਼ ਕੰਪਾਈਲ ਕੀਤਾ ਜਾਵੇ ਗੁਰਮੁਖੀ ਚ ਹੋਣਾ ਚਾਹੀਦਾ ਕੋਸ਼ਾ ਚਾਹੀਦਾ ਜਿਹਦੇ ਵਿੱਚ ਸਾਰਾ ਕੁਝ ਹਿੰਦੁਸਤਾਨ ਸਿੱਖਾਂ ਨਾਲ ਨੰਬਰ 1 ਤੇ ਦੂਜੀ ਤਰ੍ਹਾਂ ਵੀ ਹਿੰਦੁਸਤਾਨ ਦੀ ਜਿਹੜੀ ਕਲਚਰ ਹੈ ਉਹਦੇ ਨਾਲੇ ਸੰਬੰਧ ਰੱਖੇ ਸੋ ਇਹਨਾਂ ਨੇ ਫਿਰ 1912 ਚ ਮਹਾਨ ਕੋਸ਼ ਲਿਖਣਾ ਸ਼ੁਰੂ ਕੀਤਾ ਉਹ 26 27 ਵਿੱਚ ਪੂਰਾ ਹੋ ਗਿਆ ਪੂਰਾ ਹੋਣ ਤੇ ਮੁਸ਼ਕਲ ਇਹ ਆ ਗਈ ਕਿ ਉਦੋਂ ਛਪਵਾਉਣ ਵਾਸਤੇ ਤਕਰੀਬਨ 50000 ਰੁਪਏ ਦੀ ਜ਼ਰੂਰਤ ਸੀ ਹੂੰ ਹੂੰ 50000 ਰੁਪਏ ਉਹਨਾਂ ਦੇ ਨਾਲ ਕਿਹਦੇ ਕੋਲ ਹੁੰਦਾ ਸੀ ਪਰ ਉਹਨਾਂ ਦੇ ਨਾਲ 50000 ਅੱਜ ਦਾ 50 ਕਰੋੜ ਹੋਊਗਾ ਪਤਾ ਨਹੀਂ ਜੀ ਜੋ ਮਰਜੀ ਸਾਫ ਲਈ ਜਾਓ ਸੋ ਫਿਰ ਉਹਨਾਂ ਨੇ ਜੀ ਉਹਦੇ ਕੁਝ ਛਪਵਾ ਕੇ ਇਸ਼ਤਿਹਾਰ ਦੇ ਤੌਰ ਤੇ ਲੋਕਾਂ ਨੂੰ ਕਿਹਾ ਵੀ ਤੁਸੀਂ ਇਹਦੇ ਐਡਵਾਂਸ ਕਾਪੀਆਂ ਬੁੱਕ ਕਰ ਦਿਓ ਹੂੰ ਹੂੰ ਤੇ 50% ਇਹਦੇ ਪੈਸੇ ਦੇ ਦੋ ਉਹਦਾ ਲੈਦੇ ਕਿ ਜੀ ਸਿਰਫ 10000 ਰੁਪਿਆ ਉਹਨਾਂ ਨੂੰ ਆਇਆ ਉਹ ਜਿਹੜਾ ਐਜੂਕੇਟ ਨਹੀਂ ਸੀ ਫਿਰ ਉਹ ਪਬਲਿਕ ਨਾਲ ਥੋੜੇ ਜੇ ਨਿਰਾਸ਼ ਹੋ ਕੇ ਉਹਨਾਂ ਨੇ ਫਿਰ ਮਹਾਰਾਜ ਭੁਪਿੰਦਰ ਸਿੰਘ ਜੋ ਪਟਿਆਲੇ ਦੇ ਮਹਾਰਾਜ ਸੀਗੇ ਉਹਨਾਂ ਨੂੰ ਅਪਰੋਚ ਕੀਤਾ ਮਹਾਰਾਜ ਭੁਪਿੰਦਰ ਸਿੰਘ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਸੀ 2 ਸਾਲ ਉਹਨਾਂ ਨੇ ਮਹਾਰਾਜ ਭੁਪਿੰਦਰ ਸਿੰਘ ਦੀ ਪਟਿਆਲੇ ਵਿੱਚ ਨੌਕਰੀ ਵੀ ਕੀਤੀ ਸੀ ਵੈਸੇ ਵੀ ਬਹੁਤ ਵਾਰੀ ਮਹਾਰਾਜ ਨਾਬਾ ਦੇ ਕਹਿੰਦੇ ਉਹਨਾਂ ਨੂੰ ਜਾ ਕੇ ਮਿਲਣਾ ਕੋਈ ਆਪਸ ਦੀਆਂ ਗੱਲਾਂ ਜੋ ਖੁਸ਼ੀ ਹੈ ਸੋ ਉਹਨਾਂ ਨੇ ਫਿਰ ਇਹਨਾਂ ਨੂੰ ਬੁਲਾਇਆ ਤੇ ਕਿਹਾ ਵੀ ਜੋ ਤੁਸੀਂ ਪੈਸੇ ਜੀਤੋ ਲਏ ਨੇ ਉਹ ਵਾਪਸ ਕਰੋ ਇਹ ਅਸੀਂ ਛਪਵਾਵਾਂਗੇ ਸੋ ਜਿਹੜੀ origignal ਮਹਾਂਕੋਸ਼ ਹੈ ਉਹਦਾ ਜਿਹੜਾ ਪਬਲਿਸ਼ਰ ਹੈ ਉਹ ਦਰਬਾਰ ਪਟਿਆਲਾ ਹੈ ਹਾਂਜੀ ਸੋ ਮਹਾਰਾਜ ਭਵਿੰਦਰ ਸਿੰਘ ਨੇ ਫਿਰ ਜਿਉ 50000 ਰੁਪਏ ਦੇ ਕੇ ਮਹਾਂਕੋ ਛਪਵਾਇਆ ਇੱਕ ਹੋਰ ਜਿਹੜੀ ਕਿਤਾਬ ਆ ਉਹਨਾਂ ਦੀ ਸਭ ਤੋਂ ਜ਼ਿਆਦਾ ਜਿਹੜੀ ਪੜੀ ਗਈ ਹੈ ਪੰਜਾਬੀ ਦੇ ਪਾਠਕ ਗੁਰਮੁਖੀ ਦੇ ਪਾਠਕ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਘੰਟੇ ਚ ਪੜਿਆ ਹਮ Hindu ਨਹੀਂ ਭਾਈ ਕਾਨ ਸਿੰਘ ਜੀ ਨਾਬਾ ਦੀ ਇੱਕ ਮਹਾਨ ਰਚਨਾ ਹੈਗੀ ਆ ਉਹ ਵੀ ਉਸ ਦੇ ਬਾਰੇ ਵੀ ਉਸ ਵੇਲੇ ਕੁਝ ਵਾਦ-ਵਿਵਾਦ ਹੋਇਆ ਸੀਗਾ ਇਹ ਇਹ ਸਾਰਾ ਕੁਝ ਕਿਵੇਂ ਹੋਇਆ ਇਸ ਤੇ ਬਾਰੇ ਥੋੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਇਹ ਜੀ ਇਸ ਤਰ੍ਹਾਂ ਹੋਇਆ ਸੀ ਕਿ ਉਦੋਂ ਜਿਹੜੀ ਆ ਰਹੀ ਆ ਸਮਾਜ ਦੀ ਲਹਿਰ ਸੀ ਉਹ ਬੜੀ ਸਟਰੋਂਗ ਸੀ ਔਰ ਉਹ ਇਹ ਕਹਿ ਰਹੇ ਸੀਗੇ ਵੀ ਜਿਹੜੇ ਸਿੱਖ ਨੇ ਉਹ Hindu ਨੇ ਅਸਲ ਚ ਤਾਂ ਭਾਈ ਸਾਹਿਬ ਇਸ ਚੀਜ਼ ਭਾਈ ਸਾਹਿਬ ਕੀ ਸਾਰੀ ਸਿੱਖ ਇਸ ਚੀਜ਼ ਦੇ ਬਡੇ ਖਿਲਾਫ ਸੀ ਵੀ ਇਹ ਗਲਤ ਚੀਜ਼ ਕਹੀ ਜਾ ਰਹੀ ਹੈ ਤਾਂ ਇਸ ਚੀਜ਼ ਨੂੰ ਬੈਕਗਰਾਉਂਡ ਮਧਿਆ ਨਜ਼ਰ ਰੱਖਦੇ ਹੋਏ ਫਿਰ ਭਾਈ ਸਾਹਿਬ ਨੇ ਇਹ ਕਿਤਾਬ ਲਿਖੀ ਹਮ ਹਿੰਦੂ ਨਹੀਂ ਇਹ 1897 ਵਿੱਚ ਪਬਲਿਸ਼ ਹੋਈ ਉਹ ਪਬਲਿਸ਼ ਹੁੰਦੇ ਹੀ ਇਹਦਾ ਰੌਲਾ ਪੈ ਗਿਆ ਜਿਹੜੇ ਇਹ ਹਿੰਦੂ ਕੌਮ ਦੇ ਲੋਕ ਸੀਗੇ ਖਾਸ ਕਰਕੇ ਉਹਨਾਂ ਨੇ ਕਿਹਾ ਵੀ ਜੀ ਇਹ ਤਾਂ ਬਹੁਤ ਇਹਨਾਂ ਨੇ ਸਾਡੇ ਬਾਰੇ ਗਲਤ ਲਿਖਿਆ ਹੂੰ ਉਸ ਤੋਂ ਬਾਅਦ ਫਿਰ ਅੰਗਰੇਜ਼ ਨੇ ਇਹਦੀ ਕਿ ਇਨਕੁਆਰੀ ਪਹਿਲਾਂ ਤਾਂ ਟਰਾਂਸਲੇਟ ਕਰਾਈ ਫਿਰ ਇਹਦੀ ਇਨਕੁਆਰੀ ਆਰਡਰ ਕੀਤੀ ਇੱਕ ਲੀਗਲ ਡਿਪਾਰਟਮੈਂਟ ਦੇ ਬੜੇ ਸੀਨੀਅਰ ਆਫੀਸਰ ਸੀਗੇ ਹੂੰ ਮਿਸਟਰ ਐਚ ਐ ਰੈਟਿਗਨ ਐਚ ਐ ਰੈਟਿਗਨ ਹਾਂਜੀ ਐਚ ਐ ਰੈਟਿਗਨ ਉਹਨਾਂ ਨੇ ਫਿਰ ਇਹਦੀ ਇਨਕੁਆਰੀ ਕੀਤੀ ਇਨਕੁਆਰੀ ਕਰਕੇ ਸਾਰਾ ਪੜਿਆ ਦੇਖਦੂ ਕਿ ਉਹਨਾਂ ਨੇ ਫਿਰ ਆਪਣੀ ਰਿਪੋਰਟ ਦਿੱਤੀ ਵੀ ਇਹਦੇ ਵਿੱਚ ਕੋਈ ਅਸੀ ਚੀਜ਼ ਨਹੀਂ ਜਿਹੜੀ ਕਿਸੇ ਨੂੰ ਅਫੈਂਡ ਕਰਦੀ ਹੈ ਕਿਸੇ ਦੇ ਖਿਲਾਫ ਜਾਂਦੀ ਹੈ ਸੋ ਉਹ ਫਿਰ ਇਹਦੀ ਹੁਣ ਜਿਹੜੀ ਇਹਦੀ ਟਰਾਂਸਲੇਸ਼ਨ ਹੈ ਉਹ ਕੈਨੇਡਾ ਵਿੱਚ ਇੱਕ ਡਾਕਟਰ ਜਰਨੈਲ ਸਿੰਘ ਨੇ ਅੱਛਾ ਜੀ ਉਹਨਾਂ ਨੇ ਇਹਦੀ ਟਰਾਂਸਲੇਸ਼ਨ ਕੀਤੀ ਹੈ ਬੜੀ ਅੱਛੀ ਟਰਾਂਸਲੇਸ਼ਨ ਕੀਤੀ ਹੈ ਔਰ ਇੱਥੇ ਅੰਮ੍ਰਿਤਸਰ ਸਿੰਘ ਬ੍ਰਦਰਜ਼ ਨੇ ਉਹ ਇਸ ਨੂੰ ਪਬਲਿਸ਼ ਕਰ ਰਹੇ ਨੇ ਹਾਂ ਉਹ ਕਿਤਾਬ ਮੈਂ ਵੀ ਪੜੀ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਅਸੀਂ Hindu ਕਿਉਂ ਨਹੀਂ ਹਾਂਜੀ ਬਹੁਤ ਸਾਰੇ ਮਤਲਬ ਲੋਕਾਂ ਨੇ ਪੜ੍ਹੀ ਹੈ ਪਾਠਕ ਕੋਈ ਬਹੁਤ ਘੱਟ ਗਿਣਤੀ ਚ ਹੋਣਗੇ ਜਿਨ੍ਹਾਂ ਨੇ ਨਾ ਪੜ੍ਹੀ ਹੋਣੀ ਸਾਹਿਦ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਤਾਂ ਪੜ੍ਹੀ ਪੜ੍ਹੀ ਹੈ ਇੱਕ ਮੈਕਾਲਫ ਦਾ ਨਾਮ ਵੀ ਹਰ ਕੋਈ ਜਾਣਦਾ ਹਿਸਟਰੀ ਆਫ ਸਿਕਸ ਮੈਕਾਲਫ ਦੀ ਜਿਹੜੀ ਲਿਖੀ ਹੋਈ ਹੈ ਉਹ ਵੀ ਸਾਡੇ ਸਿਲੇਬਸ ਚ ਇਤਿਹਾਸ ਦੇ ਵਿਦਿਆਰਥੀਆਂ ਨੂੰ ਲੱਗੀ ਹੋਈ ਹੈ ਬਾਕੀ ਲੋਕਾਂ ਨੇ ਵੀ ਪੜ੍ਹੀ ਹੈ ਉਸ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਬਾ ਦਾ ਕਾਫੀ ਵੱਡਾ ਯੋਗਦਾਨ ਇਨਫੈਕਟ ਜੇ ਕਿਹਾ ਜਾਵੇ ਕਿ ਭਾਈ ਕਾਨ ਸਿੰਘ ਨਾਬਾ ਦੇ ਕਾਰਨ ਹੀ ਮੈਕਾਲਫ ਨੂੰ ਹਿਸਟਰੀ ਲਿਖਣ ਦੇ ਵਿੱਚ ਕਾਮਯਾਬ ਹੋ ਪਾਏ ਇਹ ਕੋਈ ਅਤਿਕਥਨੀ ਨਹੀਂ ਹੋਏਗੀ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਇਹ ਜਿਹੜੇ ਜੀ ਮਿਸਟਰ ਮੁਕਾਲਫ ਸੀਗੇ ਇਹ ਆਇਰਿਸ਼ ਮੈਨ ਸੀ ਆਇਰਲੈਂਡ ਦੇ ਸੀਗੇ ਅ 1837 ਦਾ ਇਹਨਾਂ ਦਾ ਜਨਮ ਸੀ ਤੇ ਇਹਨਾਂ ਨੇ ਉੱਥੇ ਆਈਸੀਐਸ ਦਾ ਇਮਤਿਹਾਨ ਪਾਸ ਕਰਕੇ ਇਹਨਾਂ ਦੀ ਜਿਹੜੀ ਪੋਸਟਿੰਗ ਹੈ ਉਹ ਇੰਡੀਆ ਵਿੱਚ ਹੋ ਗਈ ਔਰ ਇੰਡੀਆ ਵਿੱਚੋਂ ਵੀ ਫਿਰ ਪੰਜਾਬ ਵਿੱਚ ਹੋ ਗਏ ਤਾਂ ਇੱਕ ਪਾਦਰੀ ਸੀਗੇ ਮਿਸਟਰ ਟਰੰਪ ਉਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਸੀ ਗੁਰੂਗ੍ਰਾਮ ਸਾਹਿਬ ਦੀ ਜਿਹਦੇ ਵਿੱਚ ਬਹੁਤ ਗਲਤੀਆਂ ਸੀ। ਤਾਂ ਉਹਦੇ ਵਿੱਚ ਸਿੱਖਾਂ ਨੂੰ ਸਿੱਖ ਕੌਮ ਨੂੰ ਬੜੀ ਰੈਜ਼ੈਂਟਮੈਂਟ ਸੀ ਵੀ ਅਸੀਂ ਗਲਤ ਚੀਜ਼ਾਂ ਰਿਪਰੈਜ਼ੈਂਟ ਹੋ ਰਹੀਆਂ। ਹੂੰ ਹੂੰ। ਤਾਂ ਜਦੋਂ ਮੁਖਾਲਿਫ ਸਾਹਿਬ ਉਰੇ ਆਏ ਉਹਨਾਂ ਨੇ ਇਹ ਸਾਰਾ ਕੁਝ ਦੇਖਿਆ ਪੜ੍ਹਿਆ ਤਾਂ ਉਹਨਾਂ ਦੇ ਮਨ ਚ ਆਇਆ ਕਿ ਮੈਂ ਇੱਕ ਤਾਂ ਸਿੱਖ ਧਰਮ ਬਾਰੇ ਸਿੱਖਾਂ ਨੂੰ ਬੜਾ ਪਸੰਦ ਆਇਆ। ਹੂੰ ਹੂੰ। ਤੇ ਦੂਜਾ ਇਹ ਸੀ ਵੀ ਜਿਹੜੀਆਂ ਗਲਤੀਆਂ ਟ੍ਰਾਂਮਪ ਸਾਹਿਬ ਵਿੱਚ ਕਰ ਗਏ ਨੇ ਮੈਂ ਉਹਨਾਂ ਨੂੰ ਰੈਕਟੀਫਾਈ ਕਰਾਂ ਵੀ ਇਹ ਤਾਂ ਬਹੁਤ ਗਲਤ ਗੱਲ ਹੈ। ਹੂੰ ਹੂੰ। ਤਾਂ ਉਹਨਾਂ ਨੇ ਇੱਕ ਰਾਵਲਪਿੰਡੀ ਵਿੱਚ ਕਾਨਫਰੰਸ ਹੋਈ ਜਿੱਥੇ ਮਹਾਰਾਜ ਹੀਰਾ ਸਿੰਘ ਸੀਗੇ ਭਾਈ ਕਾਨ ਸਿੰਘ ਸੀ ਉਹਨਾਂ ਦੇ ਨਾਲ ਗਏ ਵੇ ਗਵਰਨਰ ਪੰਜਾਬ ਸੀ ਹੋਰ ਬਹੁਤ ਬਹੁਤ ਬੜੇ ਅਫਸਰ ਲੋਕ ਸੀਗੇ ਤਾਂ ਉੱਥੇ ਮੁਖਾਲਫ ਸਾਹਿਬ ਦੀ ਵੀ ਰਾਵਲਪਿੰਡੀ ਉਹਦੋਂ ਬਦਲੀ ਹੋਈ ਵੀ ਸੀ ਹੂੰ ਹੂੰ ਸੋ ਉਹ ਮਿਲੇ ਮਹਾਰਾਜ ਹੀਰਾ ਸਿੰਘ ਨੂੰ ਤੇ ਅੱਛਾ ਭਾਈ ਸਾਹਿਬ ਬਾਰੇ ਉਹਨਾਂ ਨੇ ਬਹੁਤ ਪਹਿਲਾਂ ਪੜਿਆ ਸੀ ਸੁਣਿਆ ਸੀ ਤੇ ਬਹੁਤ ਉਹਨਾਂ ਦੇ ਮਨ 'ਚ ਇਹਨਾਂ ਵਾਸਤੇ ਸਤਿਕਾਰ ਸੀ ਇਹਨਾਂ ਦੀ لیاقتਦਾਰੇ ਹੂੰ ਹੂੰ ਸੋ ਉਹਨਾਂ ਨੇ ਫਿਰ ਮਹਾਰਾਜ ਹੀਰਾ ਸਿੰਘ ਨੂੰ ਕਿਹਾ ਵੀ ਜੀ ਮੈਨੂੰ ਭਾਈ ਸਾਹਿਬ ਕੁਝ ਸਮੇਂ ਵਾਸਤੇ ਦਿਓ ਤਾਂ ਕਿ ਮੈਂ ਇਹਨਾਂ ਨੂੰ ਪੰਜਾਬੀ ਤੇ ਗੁਰੂ ਗ੍ਰੰਥ ਸਾਹਿਬ ਸਿੱਖ ਸਕਾਂ ਹੂੰ ਹੂੰ ਸੋ ਮਹਾਰਾਜ ਹੀਰਾ ਸਿੰਘ ਨੇ ਉਹ ਸਵੀਕਾਰ ਕਰ ਲਿਆ ਤੇ ਕਿਹਾ ਵੀ ਤੁਸੀਂ ਜਾ ਕੇ ਇਹਨਾਂ ਨੂੰ ਮੁਕਾਲਿਫ ਸਾਹਿਬ ਨੂੰ ਇਹ ਪੜ੍ਹਾਓ ਹੂੰ ਸੋ ਭਾਈ ਸਾਹਿਬ ਨੇ ਉਹਨਾਂ ਨੂੰ ਸਾਰਾ ਗੁਰੂ ਗ੍ਰੰਥ ਪਹਿਲਾਂ ਪੰਜਾਬੀ ਪੜ੍ਹਾਈ ਸਾਰਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਪੜ੍ਹਾਇਆ ਤੇ ਉਹਨਾਂ ਦੀ ਬੜੀ ਇਕੁਏਸ਼ਨ ਆਫ ਅਪਰਚੀ ਚੀ ਹੋ ਗਈ ਬਲਕਿ ਫਿਰ ਜਿਹੜੀ ਅੰਗਰੇਜ਼ੀ ਸੀ ਉਹ ਬਹੁਤ ਹੱਦ ਤੱਕ ਭਾਈ ਸਾਹਿਬ ਨੇ ਮੁਕਾਲਿਫ ਸਾਹਿਬ ਤੋਂ ਸਿੱਖੀ। ਸਿੱਖੀ। ਮੈਂ ਕਾਲਫ ਦੇ ਨਾਲ ਕਾਫੀ ਮਾਨ ਸਨਮਾਨ ਜੋ ਮੈਂ ਕਾਲਫ ਨੇ ਦਿੱਤਾਕ ਉਹ ਵੀ ਕਾਫੀ ਅੱਛੇ ਪੱਤਰ ਤੇ ਬਣਿਆ ਜਾਂਦਾ। ਕੁਝ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਨੇ। ਅ ਫੇਰੀ ਗੱਲ ਤੋਂ ਜੀ ਮੁਕਾਲਿਫ ਸਾਹਿਬ ਨੂੰ 16 ਸਾਲ ਲੱਗੇ ਇਹ ਜਿਹੜੀ ਕਿਤਾਬ ਸੀ ਦੇ ਸਿੱਖ ਰਿਲੀਜਨ ਲਿਖਦੇ ਹੋਏ। ਫਿਰ ਇਹ 1909 ਵਿੱਚ ਪਬਲਿਸ਼ ਹੋਈ 6 ਵੋਲਯੂਮਸ ਜਿਹਦੇ ਕਰਕੇ ਮੁਕਾਲਿਫ ਸਾਹਿਬ ਭਾਈ ਸਾਹਿਬ ਵਿਲਾਇਤ ਗਈ ਉਹ ਸਾਰੀ ਪ੍ਰੂਫ ਰੀਡਿੰਗ ਇਹਨਾਂ ਨੇ ਕੀਤੀ 1909 ਚ ਤਾਂ ਜਦੋਂ ਸਾਰਾ ਹੋ ਗਿਆ ਕਿਉਂਕਿ ਇਹਨਾਂ ਦੀ ਦੋਸਤੀ ਇੰਨੀ ਆਪਸ ਵਿੱਚ ਹੋ ਚੁੱਕੀ ਸੀ ਹੂੰ ਹੂੰ ਕੀ ਮੁਕਾਲਿਫ ਸਾਹਿਬ ਦੇ ਦੋ ਘਰ ਸੀ ਲੰਡਨ ਵਿੱਚ ਅੱਛਾ ਜੀ ਤਾਂ ਉਹਨਾਂ ਨੇ ਇੱਕ ਘਰ ਭਾਈ ਸਾਹਿਬ ਨੂੰ ਦੇਣਾ ਚਾਹਿਆ ਕਿਉਂਕਿ ਉਹ ਬਚਲਰ ਸੀ ਉਹਨਾਂ ਦੀ ਸ਼ਾਦੀ ਨਹੀਂ ਸੀ ਹੋਈ ਇੱਕ ਉਹਨਾਂ ਦੀ ਭੈਣ ਸੀ ਤੇ ਇੱਕ ਉਹ ਆਪ ਸੀਗੇ ਔਰ ਉਹ ਬਲਕਿ ਉਹਦੇ ਬਾਰੇ ਵਿੱਚ ਪੜ੍ਹਿਆ ਵੀ ਹੈ ਜੀ ਉਹ ਹੈਗਾ 10 ਸੈਂਕਲੇਰ ਰੋਡ ਕੈਂਸਿੰਗਟਨ ਗਾਰਡਨਸ ਵੈਸਟ ਲੰਡਨ ਦੇ ਬੜੀ ਸੈਂਟਰਲ ਜਗ੍ਹਾ ਹੈ ਖੈਰ ਜੀ ਉਹ ਤਾਂ ਭਾਈ ਸਾਹਿਬ ਨੇ ਬੜਾ ਪੋਲਾਈਟਲੀ ਡਿਕਲਾਈਨ ਕਰਤਾ ਵੀ ਨਹੀਂ ਜੀ ਮੈਂ ਤਾਂ ਇਹ ਨਹੀਂ ਪਰ ਫਿਰ ਉਹਨਾਂ ਨੇ ਜਿਹੜੇ ਉਹਦੇ ਰਾਈਟ ਸੀਗੇ ਜਿਹੜੇ ਉਹਦੇ ਰਾਇਲਟੀ ਸੀ ਦ ਸਿੱਖ ਰਿਲੀਜਨ ਦੀ ਉਹ ਆਫ ਦੀ ਵਿਲ ਵਿੱਚ ਭਾਈ ਸਾਹਿਬ ਦੇ ਨਾਂ ਛੱਡ ਗਏ ਉਹ ਵਿਲ ਦੀ ਕਾਪੀ ਸਾਡੇ ਕੋਲ ਹਾਲੇ ਤੱਕ ਵੀ ਪਈ ਹੈ ਵੈਰੀ ਗੁੱਡ ਸੋ ਫਿਰ ਮੁਕਾਲਸ ਸਾਹਿਬ ਦਾ 1913 ਚ ਡੈਥ ਹੋ ਗਈ ਸੀ ਜੀ ਸੋ ਕਾਫੀ ਨਜ਼ਦੀਕੀ ਉਹਨਾਂ ਦੇ ਸਬੰਧ ਰਹੇ ਹਨ ਭਾਈ ਸਾਹਿਬ ਦੇ ਇੱਕ ਗੁਰਦੁਆਰਾ ਮਾਲ ਟੇਕੜੀ ਜਿਹੜਾ ਨੰਦੇੜ ਦੇ ਵਿੱਚ ਹੈ ਹਜ਼ੂਰ ਸਾਹਿਬ ਦੇ ਕੋਲ ਉਹਦਾ ਇੱਕ ਵਿਵਾਦ ਪੈਦਾ ਹੋ ਗਿਆ ਸੀ ਹైదరాబాద్ ਦੇ ਜਿਹੜੇ ਮੁਸਲਮਾਨ ਲੋਕ ਸਨ ਉਹਨਾਂ ਦੇ ਨਾਲ ਉਹ ਮਸਲੇ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਜਿਹੜਾ ਗੁਰਦੁਆਰਾ ਮਾਲ ਟੇਕੜੀ ਹੈ ਇਹ ਆਪਣੇ ਹਜ਼ੂਰ ਸਾਹਿਬ ਨੰਦੇੜ ਵਿੱਚ ਹੈ ਔਰ ਉੱਥੇ ਮੰਨਿਆ ਜਾਂਦਾ ਸੀ ਕਿ ਆ ਮੰਨਿਆ ਜਾਂਦਾ ਹੈ ਕਿ 10ਵੇਂ ਪਾਸ਼ਾ ਨੇ ਉੱਥੇ ਕੋਈ ਖਜ਼ਾਨਾ ਦੱਬਿਆ ਸੀ ਹਾਂ ਹਾਂ ਤਾਹੀਂ ਉਹਦਾ ਨਾਮ ਮਾਲ ਟੇਕਰੀ ਐ ਵੀ ਮਾਲ ਦੱਬਿਆ ਸੀ ਉਹ ਸਾਂਜੀ ਤਾਂ ਮੁਸਲਮਾਨਾਂ ਨੂੰ ਇਸ ਬਾਰੇ ਪਤਾ ਸੀ ਉਹਨਾਂ ਨੇ ਕਿ ਹਬੀਜੀ ਇਹਦਾ ਸਾਡਾ ਕਬਰਿਸਤਾਨ ਸੀ ਇਹ ਸਾਡ ਨੂੰ ਇਹ ਜਗਾ ਵਾਪਸ ਕਰੋ ਹੂੰ ਹੂੰ ਉਹਨਾਂ ਨੂੰ ਪਿੱਠ ਤੇ ਹੱਥ ਸੀਗਾ ਬੜੇ ਬੜੇ ਨਵਾਬਾਂ ਦਾ ਨਿਜ਼ਾਮ ਹైదరాబాద్ ਦਾ ਵੀ ਹਾਂ ਨਿਜ਼ਾਮ ਦਾ ਖੁਦ ਨਹੀਂ ਜੀ ਨਿਜ਼ਾਮ ਦਾ ਹੱਥ ਹੁੰਦਾ ਫਿਰ ਤਾਂ ਗੱਲ ਏ ਹੋਰ ਸੀ ਪਰ ਜਿਹੜੇ ਉਹਨਾਂ ਦੇ ਸੀਗੇ ਨਵਾਬ ਸੀਗੇ ਕੋਈ ਅਹੁਦੇਦਾਰ ਸੀ ਉਹ ਚਾਹੁੰਦੇ ਸੀ ਕਿ ਵੀ ਇਹ ਚੀਜ਼ ਵਾਪਸ ਆ ਜਾਏ ਤੇ ਵਿੱਚੋਂ ਚੋਲੋ ਜੋ ਨਿਕਲੂਗਾ ਸਾਡਾ ਵੀ ਉਹ ਚ ਫਾਇਦਾ ਹੋ ਤਾਂ ਅ ਚੀਵ ਖਾਲਸਾ ਦਿਵਾਨ ਨੇ 1930 ਵਿੱਚ ਭਾਈ ਸਾਹਿਬ ਨੂੰ ਉੱਥੇ ਭੇਜਿਆ ਵੀ ਜਾ ਕੇ ਜੀਏ ਤੁਸੀਂ ਇਹਦਾ ਹੱਲ ਕੱਟ ਕੇ ਆਓ ਹੂੰ ਹੂੰ ਸੋ ਭਾਈ ਸਾਹਿਬ ਉੱਥੇ ਐਜ਼ ਵਿਟਨੈਸ ਔਰ ਐਜ਼ ਵਕੀਲ ਵੀ ਦੋਨਾਂ ਚੀਜ਼ਾਂ ਦੇ ਕਰਕੇ ਇਹਨਾਂ ਨੂੰ ਉੱਥੇ ਗਏ ਤੇ ਇਹਨਾਂ ਨੇ ਜਾ ਕੇ ਉਹ ਕੇਸ ਬੜੀ ਕਾਬਲੀਅਤ ਨਾਲ ਅ ਸਮਝਾਇਆ ਉਹਨਾਂ ਨੂੰ ਹੂੰ ਹੂੰ ਅ ਇਤਿਹਾਸਿਕ ਤੇ ਗੁਰੂ ਮਹਾਰਾਜ ਦੀਆਂ ਕੁਝ ਲਿਖਤਾਂ ਸੀ ਜਿਨ੍ਹਾਂ ਵਿੱਚ ਮਾਲ ਟੇਖਰੀ ਦਾ ਜ਼ਿਕਰ ਆਉਂਦਾ ਸੀ ਅੱਛਾ ਜੀ ਉਹ ਭਾਈ ਸਾਹਿਬ ਨੇ ਕੋਟ ਕੀਤਾ ਹੂੰ ਔਰ ਜੋ ਵੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ ਉਹ ਤਾਂ ਬੜਾ ਬਹੁਤ ਅੱਛਾ ਤਰੀਕਾ ਸੀ ਸੋ ਜਿੰਨੇ ਵੀ ਉੱਥੇ ਸੀਗੇ ਲੋਕ ਕੇਸ ਸੁਣਨ ਵਾਲੇ ਹੂੰ ਹੂੰ ਉਹ ਬੜੇ ਉਹਨਾਂ ਤੋਂ ਇਮਪ੍ਰੈਸ ਹੋਏ ਹੂੰ ਹੂੰ ਕਿ ਬੜੀ ਅੱਛੀ ਤਰ੍ਹਾਂ ਸਮਝਾਇਆ ਹੈ ਪ੍ਰੂਫ ਨਾਲ ਐਵੇਂ ਨਹੀਂ ਵੀ ਤੁਸੀਂ ਗਲਤਬੁੱਤ ਬੋਲੀ ਜਾਓ ਹੂੰ ਹੂੰ ਉਹ ਫਿਰ ਜਿਹੜਾ ਫੈਸਲਾ ਹੈ ਉਹ ਸਿੱਖ ਕੌਮ ਦੇ ਹੱਕ 'ਚ ਹੋ ਗਿਆ ਸੀ ਇਸ ਦੇ ਨਾਲ ਹੀ ਮਿਲਦਾ ਜੁਲਦਾ ਇੱਕ ਜਿਹੜੀ ਕੰਧ ਸੀ ਗੁਰਦੁਆਰਾ ਰਿਕਾਬਗੰਜ ਦੀ ਉਸ ਦਾ ਵੀ ਵਿਵਾਦ ਕਾਫੀ ਹੋ ਗਿਆ ਸੀ ਉਹ ਵੀ ਭਾਈ ਸਾਹਿਬ ਨੇ ਸੁਲਝਾਇਆ ਮਸਲਾ ਹਾਂਜੀ ਇਹ ਜੀ ਗੁਰਦੁਆਰਾ ਰਿਕਾਬਗੰਜ ਜਿਹੜਾ ਆਪਣਾ ਦਿੱਲੀ ਹੈ ਇਹ ਜਦੋਂ ਕੈਪੀਟਲ ਸ਼ਿਫਟ ਹੋ ਰਿਹਾ ਸੀਗਾ ਕਲਕੱਤੇ ਤੋਂ ਕਲਕੱਤੇ ਤੋਂ ਦਿੱਲੀ ਤਾਂ ਉਦੋਂ ਜਿਹੜਾ ਵਾਈਸਰਾਇਗਲ ਹਾਊਸ ਸੀ ਉਹ ਬਡੇ ਲਾਰਡ ਸਾਹਿਬ ਦਾ ਜਿਹੜਾ ਘਰ ਸੀ ਉਹ ਦਾ ਘਰ ਦਾ ਨਹੀਂ ਪਰ ਜਿਹੜੇ ਉਹਦਾ ਕੰਪਾਊਂਡ ਸੀਗਾ ਮਤਲਬ ਉਹਨਾਂ ਨੇ ਤਾਂ ਮੇਰੇ ਖਿਆਲ ਵਾਈਸਰਾਇਗਲ ਹਾਊਸ ਜਿਹੜਾ ਹੁਣ ਰਾਸ਼ਟਰਪਤੀ ਭਵਨ ਤੇ 3401 ਕਿਟ ਚ ਹੈ ਹੂੰ ਸੋ ਉਹਨਾਂ ਦੇ ਹਿਸਾਬ ਚ ਗੁਰਦੁਆਰਾ ਸਾਹਿਬ ਦੀ ਇੱਕ ਕੰਧ ਆਉਂਦੀ ਸੀ ਜਿਹੜੀ ਉਹਨਾਂ ਨੇ ਢਾਤੀ ਹੂੰ 1912 ਚ ਉਹ ਢਾਈ ਵੀ ਚਲੋ ਜੀ ਰੋਲੋ ਪਿਆ ਪਰ ਉਹ ਕੰਮ ਠਫ ਹੋ ਗਿਆ ਕਿਉਂਕਿ 1914 ਚ ਲੜਾਈ ਸ਼ੁਰੂ ਹੋ ਗਈ ਫਰਸਟ ਵਰਲਡ ਵਾਰ ਪੈਸੇ ਪੂਸੇ ਅੰਗਰੇਜ਼ ਸਰਕਾਰ ਕੋਲ ਸੀ ਨਹੀਂ ਉਹ 4 ਸਾਲ ਠੱਪ ਰਿਹਾ ਕੰਮ 1918 ਚ ਫੇਰ ਸ਼ੁਰੂ ਹੋ ਗਿਆ ਉਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਉਦੋਂ ਫੇਰ ਭਾਈ ਸਾਹਿਬ ਨੇ ਮਹਾਰਾਜ ਰਿਪਦੰਮਨ ਸਿੰਘ ਨਾਲ ਗੱਲ ਕੀਤੀ ਵੀ ਜੀ ਇਹ ਤਾਂ ਬਹੁਤ ਔਖਾ ਆਪਣੇ ਨਾਲ ਉਹਨਾਂ ਨੇ ਫੇਰ ਉੱਥੇ ਗੱਲ ਵਗੈਰਾ ਦਿੱਲੀ ਕਰਕੇ ਭਾਈ ਸਾਹਿਬ ਨੂੰ ਭੇਜਿਆ ਵੀ ਜਾ ਕੇ ਇਹਨੂੰ ਸੁਲਝਾ ਕੇ ਆਓ ਬਿਲਕੁਲ ਉੱਥੇ ਵੀ ਉਹਨਾਂ ਨੇ ਫੇਰ ਜਾ ਕੇ ਉਹ ਸਾਰਾ ਹਿਸਟੋਰੀਕਲ ਫੈਕਟਸ ਵਗੈਰਾ ਨਾਲ ਦੱਸਿਆ ਉਹਨਾਂ ਨੂੰ ਤੇ ਉਹ ਜਿਹੜੀ ਕੰਧ ਸੀ ਉਹ ਫੇਰ ਬੁਨਾਈ ਉਹਨਾਂ ਨੇ ਅੰਗਰੇਜ਼ਾਂ ਨੇ ਖੁਦ ਔਰ ਉਹ ਅਜਬੀ ਉੱਥੇ ਮੌਜੂਦ ਹੈ ਸਾਡੇ ਜਿਹੜੇ ਸਿੱਖ ਨੇਤਾ ਨੇ ਸਿਆਸੀ ਲੋਕ ਨੇ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਮਾਨ ਸਨਮਾਨ ਭਾਈ ਸਾਹਿਬ ਨੂੰ ਨਹੀਂ ਦਿੱਤਾ ਉਹਨਾਂ ਮਾਨ ਸਨਮਾਨ ਜਾਂ ਜਿਹੜੀਆਂ ਹੁੰਦੀਆਂ ਨੇ ਯਾਦਗਾਰ ਉਹਨਾਂ ਦੇ ਸਬੰਧ ਦੇ ਵਿੱਚ ਨਹੀਂ ਬਣਾਈਆਂ ਗਈਆਂ ਕਿਵੇਂ ਲੱਗਦਾ ਤੁਹਾਨੂੰ ਇਹ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਬਲਕਿ 2003 ਤੋਂ ਪਹਿਲਾਂ ਤੱਕ ਕਿਸੇ ਨੇ ਬਿਲਕੁਲ ਧਿਆਨ ਦਿੱਤਾ ਹੀ ਨਹੀਂ ਨਾ ਕਿਸੇ polititian ਨੇ ਨਾ ਕਿਸੇ ਹੋਰ ਵੱਡੇ ਆਦਮੀ ਨੇ ਇਨਸਾਨ ਨੇ ਜਿਹੜਾ ਕਿ ਇੰਸਟੀਚਿਊਟ ਨੇ ਕਿਸੇ ਨੇ ਲੇਕਿਨ ਉਸ ਤੋਂ ਬਾਅਦ 2003 ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਜੋ ਚੀਫ ਮਿਨਿਸਟਰ ਸੀਗੇ ਉਹਨਾਂ ਨਾਲ ਗੱਲ ਕੀਤੀ ਵੀ ਜੀ ਇਹ ਮਹਾਨ ਕੋਸ਼ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਹੋਣਾ ਚਾਹੀਦਾ ਹੈ ਹਮ ਹਮ ਸੋ ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਹੋਣਾ ਚਾਹੀਦਾ ਹੈ ਤਾਂ ਉਹਨਾਂ ਨੇ ਕੋਈ ਜਿਹੜਾ 50 ਲੱਖ ਦੇ ਕਰੀਬ ਪੈਸੇ ਲੱਗੇ ਉਹਦੇ ਹਮ ਹਮ ਉਹ ਸੈਂਕਸ਼ਨ ਕਰਤੇ ਤੇ ਉਹ ਟ੍ਰਾਂਸਲੇਸ਼ਨ ਇਹਦੀ ਹੋ ਗਈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਪੰਜਾਬੀ ਨਹੀਂ ਪੜ੍ਹਦੇ ਖਾਸ ਕਰਕੇ ਫੋਰਨ ਕੰਟਰੀਜ਼ ਵਿੱਚ ਸੋ ਉਹ ਇੰਗਲਿਸ਼ ਵਿੱਚ ਇਹਨੂੰ ਕਰਨ ਦੀ ਜ਼ਰੂਰਤ ਸੀ ਔਰ ਹੈ ਵੀ ਬਿਲਕੁਲ ਸੋ ਉਹਦੀਆਂ ਤਿੰਨ ਵੋਲਿਊਮਜ਼ ਹੋ ਚੁੱਕੀਆਂ ਤੇ ਚੌਥੀ ਵੋਲਿਊਮ ਇਸ ਸਾਲ ਦੇ ਅਖੀਰ ਤੱਕ ਕੰਪਲੀਟ ਹੋ ਜੂ ਕਿਉਂਕਿ ਇਹ ਚਾਰ ਵੋਲਿਊਮ ਸੇ ਮਹਾਨ ਕੋਸ਼ ਇੱਕ ਫਾਰਸੀ ਵਿੱਚ ਤੁਸੀਂ ਗੱਲ ਕਰ ਰਹੇ ਸੀ ਫਾਰਸੀ ਦੇ ਵਿੱਚ ਵੀ ਕੋਈ ਯਾਤਨ ਕਰ ਰਹੇ ਨੇ ਪਾਕਿਸਤਾਨ ਤੋਂ ਲੋਕ ਉਹ ਵੀ ਮੈਂ ਦੱਸਦਾ ਜੀ ਅਮ ਅਮ ਲਾਹੌਰ ਉਹ ਮੈਨੂੰ ਚਿੱਠੀ ਆਈ ਮੈਸੇਜ ਆਇਆ ਬਿਆਹ ਕਰਕੇ ਇਸ ਨੂੰ ਅਸੀਂ ਫਾਰਸੀ ਵਿੱਚ ਟ੍ਰਾਂਸਲੇਟ ਕਰਨਾ ਚਾਹੁੰਦੇ ਆ ਲੇਕਿਨ ਉਹਦੇ ਵਿੱਚ ਜੀ ਕਈ ਪ੍ਰੋਬਲਮਸ ਨੇ ਮੈਂ ਜਿਹੜੇ ਵਾਈਸ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਦੇ ਡਾਕਟਰ ਜਸਪਾਲ ਸਿੰਘ ਬਹੁਤ ਅੱਛੇ ਇਨਸਾਨ ਨੇ ਔਰ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਭਾਈ ਸਾਹਿਬ ਬਾਰੇ ਮੈਂ ਦੱਸੂਗਾ ਤੁਹਾਨੂੰ ਸੋ ਉਹਨਾਂ ਨਾਲ ਮੈਂ ਡਿਸਕਸ ਕੀਤਾ ਸੀ ਉਹਦੇ ਵਿੱਚ ਜੀ ਕਈ ਪ੍ਰੋਬਲਮਸ ਆ ਜਾਂਦੀਆਂ ਕੌਣ ਟ੍ਰਾਂਸਲੇਟ ਕਰੂ ਕੌਣ ਪੈਸੇ ਦੇਊ ਪਰ ਉਹ ਕਰਨਾ ਚਾਹੁੰਦੇ ਨਹੀਂ ਜੀ ਉਹ ਕਹਿੰਦੇ ਜੀ ਇਹ ਤਾਂ ਬਹੁਤ ਨਾਇਾਬ ਚੀਜ਼ ਹੈ ਵੀ ਅਸੀਂ ਇਹਨੂੰ ਫਾਰਸੀ ਚ ਕਿਉਂ ਫਾਰਸੀ ਚ ਕਰਨਾ ਚਾਹੁੰਦੇ ਨੇ ਮੈਨੂੰ ਨਹੀਂ ਪਤਾ ਕਿਉਂਕਿ ਉੱਥੇ ਬੋਲੀ ਜਾਂ ਲੈਂਗੁਏਜ ਉਰਦੂ ਹੈ ਹਮ ਹਮ ਪਰ ਉਹ ਫਾਰਸੀ ਚ ਕਰਨਾ ਚਾਹੁੰਦੇ ਨੇ ਜੀ ਫॉर ਵਾਟ ਏਵਰ ਰੀਜ਼ਨ ਹਮ 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 ਬਾਕੀ ਡਾਕਟਰ ਜਸਪਾਲ ਸਿੰਘ ਨੇ ਵੀ ਉਹਨਾਂ ਨੇ ਜੀ ਇਹ ਹਿੰਦੀ ਚ ਟ੍ਰਾਂਸਲੇਟ ਕਰਾ ਰਹੇ ਨੇ ਕਿਉਂਕਿ ਇਹਦੀ ਹਿੰਦੀ ਚ ਬੜੀ ਡਿਮਾਂਡ ਹੈ ਹਾਂ ਜੀ ਤੇ ਇੱਕ ਮੈਂ ਹੋਰ ਵੀ ਇਹ ਕਹਿਣਾ ਚਾਹੂੰਗਾ ਕੀ 150 ਸਾਲਾ ਹੋਇਆ ਸੀ ਭਾਈ ਸਾਹਿਬ ਦਾ 2011 ਜਨਮ ਜਨਮ ਸਿਤਾਬ ਦੇ 150 ਸਾਲਾ ਤਾਂ ਉਦੋਂ ਮੈਂ ਬਾਦਲ ਸਾਹਿਬ ਕੋਲ ਗਿਆ ਤੇ ਮੈਂ ਇਹਨੂੰ ਬਾਦਲ ਸਾਹਿਬ ਨੇ ਇੱਕ ਸੈਂਟੈਂਸ 'ਚ ਗੱਲ ਮੁਕਾਤੀ ਕਹਿੰਦੇ ਜੀ ਭਾਈ ਸਾਹਿਬ ਬਾਰੇ ਆਹ ਮੇਰਾ ਬਲੈਂਕ ਚੈੱਕ ਹੈ ਜੋ ਮਰਜ਼ੀ ਭਰ ਲਓ ਸੋ ਬੜੀ ਉਹਨਾਂ ਨੇ ਅੱਛੀ ਕਮਾਲ ਦੀ ਗੱਲ ਕੀਤੀ ਫਿਰ ਅਸੀਂ ਉਹਨਾਂ ਨੂੰ ਸੱਤ ਅੱਠ ਚੀਜ਼ਾਂ ਦੱਸੀਆਂ ਵੀ ਜੀ ਅਸੀਂ ਇਹ ਕਰਨਾ ਚਾਹੁੰਦੇ ਆ ਉਹਨਾਂ ਨੇ ਉਹ ਸਾਰੀਆਂ ਸੈਂਕਸ਼ਨ ਕਰਤੀਆਂ ਇੱਕ ਲਾਇਬ੍ਰੇਰੀ ਨਾਭੇ ਮੰਨ ਰਹੀ ਹੈ ਭਾਈ ਸਾਹਿਬ ਦੇ ਨਾਂ ਤੇ ਔਰ ਇੱਕ ਮੈਂ ਜੀ ਹੋਰ ਦੱਸਣੀ ਚਾਹੂੰਗਾ ਕਿ ਕੈਨੇਡਾ ਵਿੱਚ ਇੱਕ ਡਾਕਟਰ ਮਹਿੰਦਰ ਸਿੰਘ ਨੇ ਢੱਲੋ ਹੂੰ ਹੂੰ ਵਿਨੀਪੈਗ ਉਹਨਾਂ ਨੇ ਇੱਕ ਫਾਊਂਡੇਸ਼ਨ ਸ਼ੁਰੂ ਕੀਤੀ ਹੈ ਭਾਈ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਆਫ ਵਿਨੀਪੈਗ ਚ ਬਹੁਤ ਸਾਰੇ ਪੈਸੇ ਉਹਨਾਂ ਨੇ ਇਕੱਠੇ ਕਰ ਲਏ ਲਾਇਬ੍ਰੇਰੀ ਚ ਕਿਤਾਬਾਂ ਸੀ ਭੇਜੀਆਂ ਉਹਨੂੰ ਹੈ ਇੰਗਲਿਸ਼ ਦੀਆਂ ਪਰ ਸਿੱਖੀਜ਼ਮ ਤੇ ਹਾਂਜੀ ਸੋ ਇੱਕ ਅਵਾਰਡ ਉਹਨਾਂ ਨੇ ਇੰਸਟੀਚਿਊਟ ਕਰਤਾ ਹੈ 1000 ڈالر ਸਾਲ ਦਾ ਉਹਗੇ ਨੂੰ ਵਧੂ ਜਿਵੇਂ ਜਿਵੇਂ ਪੈਸੇ ਉਹਨਾਂ ਕੋਲ ਵੱਧਦੇ ਜਾਣਗੇ ਸੋ 6th ਸਟੱਡੀਜ਼ ਵਾਸਤੇ ਔਰ ਪੰਜਾਬੀ ਸਟੱਡੀਜ਼ ਵਾਸਤੇ ਉਹਨਾਂ ਨੇ ਫਾਊਂਡੇਸ਼ਨ ਭਾਈ ਸਾਹਿਬ ਦੇ ਨਾਂ ਤੇ ਉੱਥੇ ਸਟੈਬਲਿਸ਼ ਕੀਤੀ ਹੈ ਗੁੱਡ ਸਾਡੇ ਨਾਲ ਇੱਕ ਦਰਸ਼ਕ ਸਾਡੇ ਫੋਨ ਲਾਈਨ ਤੇ ਜੁੜੇ ਹੋਏ ਨੇ ਆਪਾਂ ਗੱਲ ਕਰ ਲਈਏ ਉਹਨਾਂ ਦੇ ਨਾਲ ਕੀ ਗੱਲ ਕਰਦੇ ਆ ਹਾਂਜੀ ਹੈਲੋ 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 ਸਸੀ ਕਾਲ ਜੀ ਥੋੜਾ ਉੱਚੀ ਆਵਾਜ਼ ਚ ਬੋਲੋ ਆਵਾਜ਼ ਕਟ ਆ ਰਹੀ ਹੈ ਤੁਹਾਡੀ ਹਾਂਜੀ ਹਾਂਜੀ ਹਰਜਿੰਦਰ ਬੋਲ ਰਿਹਾ ਜੀ ਗੁਰੂ ਸਾਹਿਬ ਤੋਂ ਹਾਂਜੀ ਹਰਜਿੰਦਰ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਗੱਲ ਸੁਰਿੰਦਰ ਜੀ ਇਹ ਕਰਨੀ ਚਾਹਣਾ ਹੈ ਵੀ ਭਾਈ ਕਾਨ ਸਿੰਘ ਨਾਵਾ ਬਾਰੇ ਦੱਸਿਆ ਭਾਈ ਸਾਹਿਬ ਨੇ ਵੀ ਉਹਨਾਂ ਨੇ ਮਾਲ ਟੇਕੜੀ ਦਾ ਜਿਹੜਾ ਵਵਾਦ ਸੀ ਉਹਨਾਂ ਨੇ ਆਪਦੀ ਸਿਆਣਪ ਨਾਲ ਬਹੁਤ ਜਲਦੀ ਲਿਬੇੜ ਦਿੱਤਾ ਹਾਂਜੀ ਮੈਂ ਕਹਿੰਦਾ ਜਿਹੜੀਆਂ ਅੱਜ ਗੁਰਦੁਆਰਾ ਬਾਸਤੇ ਲਹਿਰਾਂ ਚੱਲਦੀਆਂ ਨੇ ਜਿਵੇਂ ਹਰਦੁਆਰ ਦੇ ਵਿੱਚ ਹੀ ਬਾਬੇ ਨਾਨਕ ਸਾਹਿਬ ਦਾ ਗੁਰਦੁਆਰਾ ਕੋਈ ਕਹਿੰਦੇ ਕੀ ਉਹ ਉਹਨਾਂ ਨੇ ਉੱਥੇ ਢਾ ਦਿੱਤਾ ਹੈ ਮਾਰਕੀਟ ਬਣ ਗਈ ਏ ਹਾਂਜੀ ਹਾਂਜੀ ਤੇ ਅੱਜ ਵੀ ਸਿੱਖਿਆ ਲੈਣ ਦੀ ਇਹ ਲੋੜ ਹੈ ਕਿ ਆ ਵੀ ਜਿਹੜਾ ਹੁਣ ਇੰਨਾ ਰੌਲਾ ਰੱਪਾ ਪਿਆ ਤੇ ਵਿਵਾਦ ਫਿਰ ਵੀ ਉਹ ਨਹੀਂ ਸੁਲਝਿਆ ਤੇ ਜਿਹੜਾ ਭਾਈ ਖਾਨ ਸਿੰਘ ਨਾਪਾ ਨੇ ਉਹਨਾਂ ਨੇ ਮਿੰਟ ਉਦੋਂ ਆਪਦੀ ਸਿਆਣਪ ਦੇ ਨਾਲ ਨਬੇਰਤਾ ਸਿੱਖਿਆ ਲੈ ਕੇ ਚੱਲਣ ਦੀ ਲੋੜ ਹੈ ਅੱਜ ਵੀ ਉਹਨਾਂ ਵਰਗੇ ਜਿਹੜੇ ਲੀਡਰ ਨੇ ਜਿਹੜੇ ਸਾਨੂੰ ਜ਼ਰੂਰ ਤੇ ਉਹਨਾਂ ਦੀ ਤੇ ਇੱਕ ਬੇਨਤੀ ਹੋ ਰਹੀ ਹੈ ਤੁਹਾਡੇ ਕਿ ਵੀ ਜਿਹੜੇ ਉਤਮ ਸਿੰਘ ਸੁਨਾਮ ਦੇ ਕੋਈ ਗਾਂ ਜਿਹਗੇ ਨੇ ਤੇ ਉਹਨਾਂ ਦੇ ਆਪਣੇ ਉਹਨਾਂ ਦੇ ਨਾਲ ਥੋੜੀ ਨਾ ਕਿਸੇ ਦਿਨ ਸੱਦ ਕੇ ਉਹਨਾਂ ਨਾਲ ਮੁਲਾਕਾਤ ਕਰਾਓ ਵੀ ਉਹਨਾਂ ਦਾ ਕੀ ਹਾਲ ਚਾਲ ਹੈ ਕੀ ਗੱਲਬਾਤ ਹੈ ਬਹੁਤ ਬਹੁਤ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਅਸੀਂ ਕੋਸ਼ਿਸ਼ ਕਰਾਂਗੇ ਸ਼ਹੀਦ ਉਦਮ ਸਿੰਘ ਜੀ ਇਸ ਨਾਮ ਦੇ ਕਿਸੇ ਰਿਸ਼ਤੇਦਾਰ ਨੂੰ ਬੁਲਾ ਕੇ ਤੁਹਾਡੀ ਮੁਲਾਕਾਤ ਕਰਾ ਸਕੀਏ ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ ਗੁਰੂ ਹਰ ਸਾਹਿਬ ਤੋਂ ਗੱਲ ਕਰ ਰਹੇ ਸਨ ਕਿ ਜਿਹੜੇ ਇਸ ਤਰ੍ਹਾਂ ਦੇ ਵਿਵਾਦ ਨੇ ਨਾ ਜਿਵੇਂ ਹੋਰ ਗੁਰਦੁਆਰਾ ਸਾਹਿਬ ਦੇ ਵਿਵਾਦ ਚੱਲੇ ਨੇ ਉਹਨਾਂ ਨੂੰ ਸੁਲਝਾਉਣ ਲਈ ਵੀ ਭਾਈ ਕਾਨ ਸਿੰਘ ਜੀ ਨਾਬਾ ਵਰਗੀਆਂ ਸ਼ਖਸੀਅਤਾਂ ਦੀ ਸਾਨੂੰ ਲੋੜ ਹੈ ਜਿਹੜੇ ਇਹਨਾਂ ਮਸਲਿਆਂ ਨੂੰ ਨਿਬੇੜ ਸਕਣ ਉਹ ਜਾਂਦੇ ਜਾਂਦੇ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਭਾਈ ਸਾਹਿਬ ਦਾ ਫਲਸਫਾ ਕੀ ਸੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਬਹੁਤ ਸਾਰੇ ਸੱਜਣ ਪੁਰਸ਼ ਸਾਡੇ ਜਿਹੜੇ ਦਰਸ਼ਕ ਨੇ ਦੇਖ ਰਹੇ ਨੇ ਉਹਨਾਂ ਦੇ ਫਲਸਫੇ ਦੀ ਚੰਦ ਸ਼ਬਦਾਂ ਦੇ ਵਿੱਚ ਕੁਝ ਸ਼ਬਦਾਂ ਦੇ ਵਿੱਚ ਸਾਨੂੰ ਦੱਸੋ ਅਮ ਦੇਖੋ ਜੀ ਭਾਈ ਸਾਹਿਬ ਦਾ ਤਾਂ ਜਿਹੜਾ ਮੇਨ ਏਮ ਸੀਗਾ ਮੁੱਦਾ ਸੀਗਾ ਲਾਈਫ 'ਚ ਉਹ ਇਹ ਸੀ ਵੀ ਜਿਹੜੀ ਪੰਜਾਬੀ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਓ ਕਿਸੇ ਨਾ ਕਿਸੇ ਤਰੀਕੇ ਨਾਲ ਔਰ ਖਾਸ ਕਰਕੇ ਜਿਹੜੀਆਂ ਪੁਰਾਣੀਆਂ ਗੱਲਾਂ ਪੁਰਾਣੀਆਂ ਜਿਹੜੀਆਂ ਟੀਚਿੰਗਸ ਨੇ ਜਿਹੜੇ ਸਬਕ ਸੀਗੇ ਉਹ ਲੋਕ ਹੌਲੀ-ਹੌਲੀ ਭੁੱਲਦੇ ਜਾ ਰਹੇ ਨੇ ਤਾਂ ਹੀ ਉਹਨਾਂ ਨੇ ਪਿਛਲੀਆਂ ਚੀਜ਼ਾਂ ਵੀ ਅੱਗੇ ਬੋਤ ਲਿਆਂਦੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਆਪਣਾ ਕੀ ਸੀ ਕੀ ਲਈ ਦੇ ਕਿਵੇਂ ਆਪਾਂ ਨੂੰ ਅੱਗੇ ਅ ਚੱਲਣਾ ਤੁਰਨਾ ਚਾਹੀਦਾ ਹਾਂਜੀ ਹਾਂਜੀ ਤਾਂ ਇੱਕ ਚੀਜ਼ ਮੈਂ ਹੋਰ ਵੀ ਦੱਸਣੀ ਚਾਹੂੰਗਾ ਕਿ ਜਿਹੜਾ ਇਹ 1909 ਚ ਅਨੰਦਕਾਰ ਰਿਜੈਕਟ ਬਣਿਆ ਸੀਗਾ ਉਹ ਸਾਰਾ ਭਾਈ ਸਾਹਿਬ ਦਾ ਡਰਾਫਟ ਕੀਤਾ ਹੋਇਆ ਸੀ ਉਹ ਅ ਪੇਸ਼ ਕੀਤਾ ਸੀ ਉਹਦੇ ਉਹਨੂੰ ਹਲਾਉਣ ਵਾਲੇ ਮਹਾਰਾਜ ਤੇ ਬਦਮਨ ਸਿੰਘ ਸੀ ਪਰ ਉਹ ਸਾਰੀ ਡਰਾਫਟਿੰਗ ਭਾਈ ਸਾਹਿਬ ਦੀ ਸੀ ਆਨੰਦਕਾਰ ਰਜਕਤੀ ਇਹ ਵੀ ਅੱਜ ਤੁਹਾਨੂੰ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਸਾਨੂੰ ਪਤਾ ਲੱਗਦੀਆਂ ਨੇ ਤੁਹਾਡੇ ਨਾਲ ਗੱਲਬਾਤ ਕਰਕੇ ਭਾਈ ਸਾਹਿਬ ਦੀ ਨਿੱਜੀ ਸਖਸ਼ੀਅਤ ਬਾਰੇ ਉਹਨਾਂ ਦੀ ਸੋਚ ਬਾਰੇ ਉਹਨਾਂ ਦੇ ਜਜ਼ਬੇ ਬਾਰੇ ਸੰਗੀਤ ਬਾਰੇ ਤੁਹਾਡੇ ਤੋਂ ਪਤਾ ਲੱਗਾ ਕਿ ਭਾਈ ਕਾਨ ਸਿੰਘ ਜੀ ਨਾਪਾ ਸੰਗੀਤ ਦੇ ਬਹੁਤ ਮਾਹਿਰ ਸਨ ਸੋ ਅੱਜ ਦੀ ਜਿਹੜੀ ਗੱਲਬਾਤ ਹੈ ਬਹੁਤ ਸਾਨੂੰ ਚੰਗੀ ਲੱਗੀ। ਚੰਗਾ ਗੱਲ ਕਰਿਆ ਸਾਨੂੰ ਬਹੁਤ ਕੁਝ ਸਾਨੂੰ ਪਤਾ ਲੱਗਿਆ ਭਾਈ ਸਾਹਿਬ ਬਰੇ। ਤਾਂ ਤੁਸੀਂ ਸਟੂਡੀਓ ਚ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਗੱਲਬਾਤ ਕਰਨ ਤੇ। ਥੈਂਕ ਯੂ। ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਜਾਗ ਉਪਜਾਓ ਸ਼ੋਅ ਦਾ ਵੇਲਾ ਹੁਣ ਖਤਮ ਹੁੰਦਾ ਹੈ ਇੱਥੇ। ਕੱਲ ਸਵੇਰੇ ਫੇਰ ਮਿਲਾਂਗੇ ਪਰ ਤੁਸੀਂ ਸਾਨੂੰ ਆਪਣੇ ਸੁਝਾਅ editor@dayandnightnews.com ਤੇ ਦੇਣਾ ਨਾ ਭੁੱਲਣਾ। ਸਾਡੇ ਨਾਲ ਫੋਨ ਲਾਈਨ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਫਿਲਹਾਲ ਮੈਨੂੰ ਇਜਾਜ਼ਤ ਦਿਓ ਕੱਲ ਸਵੇਰੇ ਫੇਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਜੁੜੇ ਰਹੋ ਇਸੇ ਤਰ